ਬੀਤੇ ਦਿਨ ਫਰੀਦਕੋਟ ਦੀ ਟੀਚਰ ਕਲੋਨੀ ਵਿੱਚ ਇੱਕ ਬਜ਼ੁਰਗ ਜੋੜੇ ਦੇ ਘਰ ਨੂੰ ਅੱਗ ਲੱਗ ਗਈ ਸੀ, ਜਿਸ ਵਿੱਚ ਦੋਵੇਂ ਜਿਉਂਦਾ ਸੜ ਗਏ ਸਨ। ਇਸ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਦਰਅਸਲ ਫਰੀਦਕੋਟ ਪੁਲਿਸ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਬਜ਼ੁਰਗ ਜੋੜੇ ਦੇ ਘਰ ਨੂੰ ਅੱਗ ਲੱਗਣ ਅਤੇ ਉਸ ਵਿੱਚ ਸੜ ਕੇ ਬਜ਼ੁਰਗ ਜੋੜੇ ਦੇ ਮਾਰੇ ਜਾਣ ਦੇ ਮਾਮਲੇ ਨੂੰ ਕਤਲ ਅਤੇ ਲੁੱਟ ਖੋਹ ਦਾ ਮਾਮਲਾ ਕਰਾਰ ਦਿੱਤਾ। ਪੁਲਿਸ ਨੇ ਘਰ ਵਿੱਚੋਂ ਲੁੱਟੇ ਗਏ ਕਰੀਬ 60,000 ਰੁਪਏ ਵਿੱਚੋਂ 10,000 ਰੁਪਏ, ਲੁੱਟਦੇ ਪੈਸੇ ਨਾਲ ਖਰੀਦੇ ਫਰਿੱਜ ਅਤੇ ਕੂਲਰ ਸਮੇਤ ਬਜ਼ੁਰਗ ਜੋੜੇ ਦਾ ਮੋਬਾਈਲ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। SSP ਫਰੀਦਕੋਟ ਰਾਜਬਚਨ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਟੀਮ ਵੱਲੋਂ ਇਸ ਮਾਮਲੇ ਨੂੰ ਮਹਿਜ 48 ਘੰਟਿਆਂ ਵਿੱਚ ਸੁਲਝਾਇਆ ਗਿਆ ਹੈ। ਦੋ ਦਿਨ ਪਹਿਲਾਂ ਜਦੋਂ ਇੱਕ ਬਹੁਤ ਹੀ ਦਰਦਨਾਕ ਹਾਦਸਾ ਟੀਚਰਸ ਕਲੋਨੀ ਦੇ ਵਿੱਚ ਹੋਇਆ, ਜਿਹਦੇ 'ਚ ਇੱਕ ਬਹੁਤ ਹੀ ਜ਼ਿਆਦਾ ਐਲਡਰਲੀ ਕਪਲ ਸੁਰਜੀਤ ਸਿੰਘ ਅਤੇ ਉਹਨਾਂ ਦੀ ਵਾਈਫ, ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਜਲੀ ਹੋਈ ਹਾਲਤ 'ਚ ਸਵੇਰੇ ਪਾਇਆ ਗਿਆ। ਉਹਨਾਂ ਦਾ ਘਰ ਪੂਰੀ ਤਰ੍ਹਾਂ ਅੱਗ ਦੇ ਵਿੱਚ ਜਲ ਕੇ ਤਬਾਹ ਹੋ ਗਿਆ ਸੀ। ਪਹਿਲੀ ਨਜ਼ਰੋਂ ਇਹ ਸ਼ਾਰਟ ਸਰਕਟ ਹੋਣ ਨਾਲ ਕੋਈ ਅੱਗ ਲੱਗਣ ਦਾ ਕੋਈ ਇੰਸੀਡੈਂਟ ਸਾਨੂੰ ਲੱਗਦਾ ਸੀ, ਪਰ ਸਾਡੀ ਜਿਹੜੀ ਟੀਮ ਹੈ ਉਸਨੇ ਬੜੇ ਡੂੰਘਾਈ ਦੇ ਨਾਲ ਔਰ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਹਨਾਂ ਨੇ ਇਸ ਨੂੰ ਇਨਵੈਸਟੀਗੇਟ ਕੀਤਾ ਅਤੇ ਇਹਦੇ ਪਿੱਛੇ ਜੋ ਕਤਲ ਦਾ ਮਾਮਲਾ ਸੀ ਉਸ ਨੂੰ ਅਸੀਂ ਉਜਾਗਰ ਕਰਨ 'ਚ ਸਫਲ ਹੋਏ ਹਾਂ। ਇਸ ਕਤਲ ਨੂੰ ਅੰਜਾਮ ਦੋ ਲੜਕਿਆਂ ਨੇ, ਮਨਪ੍ਰੀਤ ਅਤੇ ਮਨਦੀਪ, ਜੋ ਇਸੇ ਕਲੋਨੀ ਦੇ ਰਹਿਣ ਵਾਲੇ ਨੇ, ਉਹਨਾਂ ਨੇ ਅੰਜਾਮ ਦਿੱਤਾ। ਰਾਤ ਨੂੰ ਇਹਨਾਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਲੁੱਟ ਖੋਹ ਦੀ ਨੀਤ ਦੇ ਨਾਲ ਦੋਨਾਂ ਬਜ਼ੁਰਗਾਂ ਦਾ ਇਹਨਾਂ ਨੇ ਕਤਲ ਕੀਤਾ ਅਤੇ ਉਹਨਾਂ ਦੇ ਘਰੋਂ ਜੋ ਨਗਦੀ ਕੈਸ਼ ਅਤੇ ਗਹਿਣੇ ਇਹ ਲੈ ਕੇ ਫਰਾਰ ਹੋ ਗਏ। ਔਰ ਜਾਣ ਤੋਂ ਪਹਿਲਾਂ ਇਹਨਾਂ ਨੇ ਪੂਰੇ ਘਰ ਨੂੰ, ਪਹਿਲਾਂ ਉਹਨਾਂ ਦੀਆਂ ਬੋਡੀਜ਼ ਨੂੰ ਉੱਤੋਂ ਕਵਰ ਕਰਕੇ ਅਤੇ ਘਰ ਨੂੰ ਇਹਨਾਂ ਨੇ ਅੱਗ ਲਾ ਕੇ ਚਲੇ ਗਏ। ਇਹਨਾਂ ਨੇ ਪਹਿਲਾਂ ਫਰੰਟ ਡੋਰ 'ਤੇ ਨੌਕ ਕੀਤਾ, ਉਸ ਤੋਂ ਬਾਅਦ ਫਿਰ ਇਹ ਪਿੱਛੋਂ ਦੀ ਆ ਕੇ, ਇਹਨਾਂ ਦੇ ਘਰ ਦੇ ਨਾਲ ਕਾਫੀ ਫੈਮਿਲੀਅਰ ਸੀ ਕਿਉਂਕਿ ਇਹਨਾਂ ਦੇ ਘਰ ਦੇ ਪਿਛਲੇ ਪਾਸੇ ਇੱਕ ਫਰੈਸ਼ ਵਾਟਰ ਦਾ ਜਿਹੜਾ ਪਾਣੀ ਬੜਾ ਉਹਦਾ ਮਿੱਠਾ ਸੀ, ਉਹ ਨਲਕਾ ਲੱਗਿਆ ਹੋਇਆ ਸੀ, ਉੱਥੇ ਕਾਫੀ ਲੋਕ ਆ ਕੇ ਪਾਣੀ ਵਗੈਰਾ ਭਰਦੇ ਸੀ ਔਰ ਉਹਦਾ ਰਸਤਾ ਘਰ ਦੇ ਅੰਦਰੋਂ ਜਾਂਦਾ ਸੀ। ਇਹ ਲੋਕ ਕਾਫੀ ਵਾਰੀ ਇਸ ਘਰ ਦੇ ਅੰਦਰ ਦਾਖਲ ਹੁੰਦੇ ਸੀ, ਬਜ਼ੁਰਗਾਂ ਨੂੰ ਦੇਖਦੇ ਸੀ। ਸੋ ਉਸੇ ਰਸਤੇ ਇਹ ਕੰਧ ਟੱਪ ਕੇ ਵਾਪਸ ਰਾਤ ਨੂੰ ਆਏ ਔਰ ਪਿਛਲਾ ਦਰਵਾਜ਼ਾ ਖੜਕਾਇਆ, ਜਿਹਨੂੰ ਜੋ ਬਜ਼ੁਰਗ ਲੇਡੀ ਨੇ ਆਪਣੇ ਬਲਦੇਵ ਕੌਰ, ਉਹਨਾਂ ਨੇ ਖੋਲ੍ਹਿਆ। ਜਦੋਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਇਹਨਾਂ ਨੇ ਉਹਨਾਂ ਨੂੰ ਓਵਰ ਪਾਰ ਕਰ ਲਿਆ ਅਤੇ ਅੰਦਰ ਦਾਖਲ ਹੋ ਕੇ ਉਹਨਾਂ ਦਾ ਗਲਾ ਘੁੱਟਤਾ। ਜਿਹੜੇ ਬਜ਼ੁਰਗ ਨੇ ਸੁਰਜੀਤ ਸਿੰਘ, ਉਹਨਾਂ ਨੂੰ ਨਾਲ ਦੀ ਨਾਲ ਉਹ ਪਿੱਛੇ ਉਹਨਾਂ ਦੀ ਹੈਲਪ ਵਾਸਤੇ ਆਏ, ਫਿਰ ਦੋਨਾਂ ਨੇ ਲੱਗ ਕੇ ਉਹਨਾਂ ਨੂੰ ਕਾਬੂ ਕੀਤਾ ਅਤੇ ਉੱਥੇ ਪਿਆ ਇੱਕ ਪਰਨਾ ਉਸ ਦੇ ਨਾਲ ਉਹਨਾਂ ਦੇ ਗਲੇ ਨੂੰ ਘੁੱਟ ਕੇ ਉਹਨਾਂ ਦੀ ਇਹਨਾਂ ਨੇ ਮਰਡਰ ਕੀਤਾ। ਦੋਨੋਂ ਬੋਡੀਜ਼ ਨੂੰ ਮਾਰ ਕੇ ਇਹਨਾਂ ਨੇ ਉਹਨਾਂ ਦੇ ਉੱਤੇ ਜਿਹੜੇ ਬੈਡਿੰਗ ਸੀ, ਗੱਦੇ ਸੀ, ਹੋਰ ਸਾਰਾ ਕੁਛ ਉੱਤੇ ਪਾ ਕੇ ਉਦੋਂ ਬਾਅਦ ਫਿਰ ਇਹਨਾਂ ਨੇ ਅੱਗ ਲਾਈ। ਫਿਲਹਾਲ ਸਾਨੂੰ ਹਾਲੇ ਤੱਕ ਇਹਨਾਂ ਦੇ ਕੋਈ ਮੁਕੱਦਮਾ ਨਹੀਂ ਮਿਲਿਆ। ਇਹਨਾਂ 'ਚੋਂ ਇੱਕ ਆਦਮੀ ਟਰੱਕ ਦੇ ਉੱਤੇ ਜਾਂਦਾ, ਉਹ ਟਰੱਕ ਦੇ ਉੱਤੇ ਕਲੀਨਰ ਹੈ, ਦੂਸਰਾ ਇੱਕ ਕੋਈ ਲੋਕਲ ਮੀਟ ਸ਼ਾਪ ਦੇ ਉੱਤੇ ਬੁਚਰ ਦਾ ਕੰਮ ਕਰਦਾ। ਇਹਨਾਂ ਤੋਂ 60,000 ਰੁਪਇਆ ਇਹਨਾਂ ਨੇ ਕੈਸ਼ ਉੱਥੋਂ ਲੈ ਕੇ ਗਏ ਅਤੇ ਤਕਰੀਬਨ 43,000 ਦਾ ਸੋਨਾ ਉੱਥੋਂ ਲੈ ਕੇ ਗਏ। ਅਗਲੇ ਦਿਨ ਹੀ ਜਾ ਕੇ ਇਹਨਾਂ ਨੇ ਉਹਦੇ ਇੱਕ ਕੂਲਰ ਖਰੀਦਿਆ, ਇੱਕ ਫਰਿੱਜ ਖਰੀਦਿਆ, ਕੁਛ ਇਹ ਦੋਨੋਂ ਸ਼ਰਾਬ ਪੀਣ ਦੇ ਵੀ ਆਦੀ ਨੇ ਅਤੇ ਇਹਨਾਂ ਨੇ ਦੋ ਬੋਤਲਾਂ ਵੀ ਇੱਥੋਂ ਲੈ ਕੇ ਗਏ, ਉਹ ਅਸੀਂ ਬਰਾਮਦ ਹੋਈਆਂ ਇਹਨਾਂ ਦੀਆਂ ਉੱਥੋਂ, ਅਤੇ ਉਹਨਾਂ ਤੋਂ ਵੀ ਫਿੰਗਰ ਪ੍ਰਿੰਟ ਵਗੈਰਾ ਸਾਰੇ ਇਹਨਾਂ ਦੇ ਮਿਲੇ ਨੇ।